मुख्यमंत्री पंजाब कैप्टन अमरिंदर सिंह की दूर अंदेशी सोच सदका सूबे अंदर विकास कार्यों में कोई भी कमी नहीं आने दी जाएगी। इन्हां गल्लां दा प्रगटावा माल ते पुनर्वास ते आफत प्रबंधन मंत्री गुरप्रीत सिंह कांगड़ ने फूल विखे वख-वख मुकम्मल होए विकास कार्यों का उद्घाटन अते नवें होण वाले विकास कार्यों दे नींह पत्थर रखण उपरंत संबोधन करदिआं कीता। इस मौके डिप्टी कमिश्नर बी श्रीनिवासन उन्हां नाल विशेष तौर ते मौजूद रहे। कैबिनेट मंत्री गुरप्रीत सिंह कांगड़ ने कहा कि मुख्यमंत्री कैप्टन अमरिंदर सिंह दी योग अगवाई वाली सरकार वालों सूबे विच लगातार विकास कार्यां दीआं नवीआं लीहां पाईआं जा रहीआं ने। इन्हां विकास कार्यां दी लड़ी तहत पिछले लंबे समय तो फूल वासियां दी मंग नूं पूरा करदिआं लोकां दी सहूलत लई फूल विखे सेवा केंद्र शुरू कीता गया है। उन्हां इह वी कहा कि जिले के पिंड महराज की समस्या नूं देखदे होए 13.5 करोड़ रुपए की लागत नाल पिंड विच नवां सीवरेज पाया जाएगा। कांगड़ ने कहा कि सूबा सरकार किसानां ते मजदूरां दी हितैषी सरकार है। इन्हां दे हक्कां ते हितां लई कोई भी कुरबानी करन तों ਕਦੇ ਪਿੱਛੇ ਨਹੀਂ ਹਟੇਗੀ। ਇਸ ਮੌਕੇ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਈ ਕਿਸਾਨ ਪਹਿਲਾਂ ਹਨ ਤੇ ਰਾਜਨੀਤੀ ਬਾਅਦ ਵਿੱਚ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ 5 ਕਰੋੜ ਦੀ ਲਾਗਤ ਨਾਲ ਫੂਲ ਵਿਖੇ ਬਣਨ ਵਾਲੇ ਤਹਿਸੀਲ ਕੰਪਲੈਕਸ ਦੇ ਨੀਂਹ ਪੱਥਰ ਤੋਂ ਇਲਾਵਾ ਸੇਵਾ ਕੇਂਦਰ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ ਬਾਥਰੂਮ ਦੇ ਨਵੀਨੀਕਰਨ ਤੇ ਕੋਰੀਡੋਰ ਲਈ 9 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਜੀਤਪਾਲ ਸਿੰਘ ਮੰਡੇਰ ਨੂੰ ਭੇਂਟ ਕੀਤਾ। ਸਾਰੀ ਸਾਰੀ ਵੱਡੀ ਪਾਈਪ ਨਵੀਂ ਪਾਉਣੀ ਹੈ ਤੇ ਜਿਹੜਾ ਪਿੰਡ ਦੇ ਵਿੱਚ ਪੁਰਾਣਾ ਸੀਵਰੇਜ ਸੀ ਉਹਦੇ ਪੈਂਚਰ ਨਹੀਂ ਲਾਉਣਾ, ਉਹ ਸਾਰੇ ਦਾ ਸਾਰਾ 8 ਕਰੋੜ 'ਚ ਨਵਾਂ ਪੈ ਜਾਣਾ। ਉਹਦੇ ਪੈਸੇ ਵੀ ਤੁਹਾਨੂੰ ਬਟੰਡੇ ਪਹੁੰਚ ਚੁੱਕੇ ਨੇ। 13.5 ਕਰੋੜ ਰੁਪਈਏ ਹੁਣ ਕੱਲ੍ਹ ਨੂੰ ਸਾਂਭ ਸੰਭਾਲ ਆਪਣਾ ਫਰਜ਼ ਬਣਦਾ। ਔਖਾ ਹੁੰਦਾ ਸੀ ਕਹਿੰਦਾ ਤੂੰ ਜੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੇ ਨੱਥ ਪਾਈ ਹੁੰਦੀ ਇਹ ਦਿੱਲੀ ਵੀ ਸੀ ਆਉਂਦੇ ਅਤੇ ਕੈਪਟਨ ਸਾਹਿਬ ਤੁਹਾਨੂੰ ਪਤਾ ਵੀ ਨੱਕ 'ਤੇ ਮੱਖੀ ਦਾ ਬੈਠਣ ਨਹੀਂ ਦਿੰਦੇ। ਕਹਿੰਦਾ 6 ਪਤੰਦਰਾਂ ਨੂੰ ਹੁਣ ਉਹਨੂੰ ਕਹਿੰਦਾ ਕੈਪਟਨ ਨੂੰ ਕਹਿੰਦਾ ਤੂੰ ਉੱਥੇ 3 ਮਹੀਨੇ 4 ਮਹੀਨੇ ਇਹ ਨੰਗਾ ਨਾਚ ਕਰਦੇ ਰਹੇ ਆ ਜਿਹੜੇ ਕਿਸਾਨ ਹੈ ਟੋਲ ਕਬਜ਼ੇ ਕਰੀ ਰੱਖੇ ਸੜਕਾਂ 'ਤੇ ਬੈਠੇ ਰਹੇ ਗੱਡੀਆਂ ਰੋਕਦੇ ਰਹੇ ਤੂੰ ਮੁੱਖ ਮੰਤਰੀ ਸੀ ਰੋਕਿਆ ਨਹੀਂ। ਉਹ ਕਹਿੰਦਾ ਮੇਰੇ ਚਾਚੇ ਤਾਏ ਮੇਰੇ ਭੈਣ ਭਰਾ